ਇਸ ਦੇ ਨਾਲ ਹੀ ਪ੍ਰੋਫੈਸਰ ਬਡੂੰਗਰ ਨੇ ਜਰਮਨੀ ਵਿੱਚ ਸਿੱਖ ਪ੍ਰਚਾਰਕਾਂ ਵੱਲੋਂ ਕੀਤੇ ਗਏ ਝਗੜੇ ਤੇ ਵੀ ਆਪਣਾ ਸਖਤ ਪ੍ਰਤੀਕਰਮ ਦਿੱਤਾ ਹੈ। ਬਡੂੰਗਰ ਦਾ ਕਹਿਣਾ ਹੈ ਕਿ ਪ੍ਰਚਾਰਕਾਂ ਦਾ ਕੰਮ ਲੋਕਾਂ ਨੂੰ ਸਿੱਖ ਧਰਮ ਦੇ ਪ੍ਰਤੀ ਜਾਗਰੂਕ ਕਰਨਾ ਹੈ, ਨਾ ਹੀ ਅਜਿਹਾ ਝਗੜੇ ਕਰਕੇ ਸਿੱਖਾਂ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਾਉਣਾ ਹੈ। ਉਹਨਾਂ ਆਖਿਆ ਕਿ ਉਹ ਇਸ ਸੰਬੰਧੀ ਪ੍ਰਚਾਰਕਾਂ ਦੇ ਨਾਲ ਗੱਲਬਾਤ ਕਰਨਗੇ। ਮੈਂ ਫਿਰ ਬੇਨਤੀ ਕਰਦਾ, ਜਿੱਦਾਂ ਮੈਂ ਪਹਿਲਾਂ ਵੀ ਕਿਹਾ, ਜਿਹੜਾ ਸਿੱਖ ਨੇ, ਗੁਰਸਿੱਖ ਨੇ, ਸਿੰਘ ਨੇ, ਉਹਨਾਂ ਨੂੰ ਆਪਣੇ ਆਪ ਅਹਿਸਾਸ ਹੋਣਾ ਚਾਹੀਦਾ ਇਸ ਗੱਲ ਦਾ ਕਿ ਉਹ ਬਾਕੀ ਦੁਨੀਆ ਨਾਲੋਂ ਉਹਦਾ ਨਿਰਖਲਾਪਣ ਹੈ, ਉਹਦਾ ਨਿਆਰਾਪਣ ਹੈ, ਉਹਦਾ ਅਟਲਾਪਣ ਹੈ। ਗੁਰੂ ਸਾਹਿਬ ਨੇ ਸਾਨੂੰ ਸ਼ਕਲ ਕਰਕੇ, ਸੋਚ ਕਰਕੇ, ਸਿਧਾਂਤ ਕਰਕੇ, ਸਾਡੀ ਵਿਰਾਸਤ ਕਰਕੇ, ਗੁਰੂ ਗ੍ਰੰਥ ਸਾਹਿਬ ਕਰਕੇ, ਗੁਰੂ ਪੰਥ ਕਰਕੇ, ਅਸੀਂ ਬਿਲਕੁਲ ਇੱਕ ਵੱਖਰੀ ਕੌਮ, ਸਾਡਾ ਸਾਰਾ ਮਰਿਆਦਾ ਵੱਖਰੀ ਹੈ, ਸਾਡਾ ਰਹਿਣ ਸਹਿਣ ਵੱਖਰਾ। ਇਸ ਲਈ ਉਹਨਾਂ ਨੂੰ ਇੱਦਾਂ ਦਾ ਜਿਹੜਾ ਨਾ ਪਬਲਿਕਲੀ ਐਸਾ ਨਹੀਂ ਕਰਨਾ ਚਾਹੀਦਾ ਅਤੇ ਉਹ ਘਰ ਜਾ ਕੇ ਪਰਚਾ ਲਾਭ ਕਰਨਾ ਚਾਹੀਦਾ।